ਜਲੰਧਰ ਦੇ ਅਵਤਾਰ ਨਗਰ ਵਿੱਚ ਇੱਕ ਨੌਜਵਾਨ ਨੇ 13 ਸਾਲ ਦੀ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਬਾਬਤ ਪੇਸ਼ ਹੈ ਖਾਸ ਰਿਪੋਰਟ। ਸੂਬੇ ਵਿੱਚ ਬੱਚਿਆਂ ਨੂੰ ਅਗਵਾ ਕਰਨ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇਸੇ ਕੜੀ ਤਹਿਤ ਤਾਜ਼ਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ, ਜਿੱਥੇ ਸਥਾਨਕ ਅਵਤਾਰ ਨਗਰ ਦੀ ਗਲੀ ਨੰਬਰ 7 ਵਿੱਚ ਇੱਕ 12-13 ਸਾਲਾਂ ਦੀ ਕੁੜੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜ਼ਿਕਰਯੋਗ ਹੈ ਕਿ ਨੌਜਵਾਨ ਵੱਲੋਂ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਕੁੜੀ ਦੇ ਚੀਕ ਮਾਰਨ 'ਤੇ ਕੁਝ ਸਥਾਨਕ ਲੋਕਾਂ ਵੱਲੋਂ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪਰ ਜਿਸ ਨੌਜਵਾਨ 'ਤੇ ਸਥਾਨਕ ਲੋਕਾਂ ਵੱਲੋਂ ਇਲਜ਼ਾਮ ਲਾਏ ਜਾ ਰਹੇ ਨੇ, ਉਸਨੇ ਆਪਣੇ 'ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਕਿੱਥੇ ਰਹਿਣਾ ਤੂੰ? ਚਾਰ ਨੰਬਰ ਕਿੰਨੀ ਦੇਰ ਤੋਂ ਰਹਿ ਰਹੇ ਉੱਥੇ? ਕਿੰਨੀ ਦੇਰ ਤੋਂ ਰਹਿ ਗਿਆ? ਪੀੜਤ ਦੀ ਮਾਂ ਦੇ ਮੁਤਾਬਕ ਕੁੜੀ ਘਰ ਤੋਂ ਕੁਝ ਸਮਾਨ ਲੈਣ ਲਈ ਨਿਕਲੀ ਸੀ, ਪਰ ਜਦੋਂ ਗਲੀ ਵਿੱਚ ਜਾ ਰਹੀ ਸੀ ਤਾਂ ਇੱਕ ਨੌਜਵਾਨ ਨੇ ਉਸ ਨੂੰ ਫੜਿਆ ਤੇ ਜ਼ਬਰਦਸਤੀ ਆਪਣੇ ਨਾਲ ਲਿਜਾਣ ਲੱਗਾ। ਇਸ ਦੌਰਾਨ ਕੁੜੀ ਨੇ ਘਬਰਾ ਕੇ ਰੌਲਾ ਪਾ ਦਿੱਤਾ ਤੇ ਕੁੜੀ ਦੀਆਂ ਚੀਕਾਂ ਸੁਣ ਨੇੜੇ ਅਤੇ ਕੁੜੀ ਦੇ ਪਰਿਵਾਰਕ ਮੈਂਬਰ ਘਰ ਤੋਂ ਬਾਹਰ ਨਿਕਲੇ ਤੇ ਨੌਜਵਾਨ ਨੂੰ ਕਾਬੂ ਕਰਕੇ ਉਸ ਦੀ ਛਿੱਤਰ ਪਰੇਡ ਕੀਤੀ। ਉਧਰ ਦੂਜੇ ਪਾਸੇ ਸੂਚਨਾ ਮਿਲਦੇ ਹੀ ਪੁਲਿਸ ਮੁਲਾਜ਼ਮ ਮੌਕੇ 'ਤੇ ਪਹੁੰਚੇ ਅਤੇ ਨੌਜਵਾਨ ਨੂੰ ਕਾਬੂ ਕਰਕੇ ਥਾਣੇ ਲੈ ਗਏ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੁਛ ਨਹੀਂ ਹੁਆ ਹੈ, ਮੁਰੀ ਸਮਾਨ ਲੈ ਕੇ ਲੌਟ ਨਹੀਂ ਲੌਟੀ ਹੈ, ਮੈਂ ਫੜ ਲਿਆ ਮੁੰਡਾ। ਕੀ ਹੁਆ ਗਿਆ ਥਾ? ਹੁਆ ਕੀ ਹੈ? ਕੁਛ ਨਹੀਂ ਹੁਆ, ਜਬ ਉਹ ਲੌਟੀ ਹੈ ਸਮਾਨ ਲੈ ਕੇ, ਮੈਂ ਫੜ ਲਿਆ ਮੁੰਡਾ। ਕਹਾਂ ਗਈ ਸੀ ਲੜਕੀ ਆਪਕੀ? ਇਹ ਦੁਕਾਨ ਪਰ ਆਈ ਸੀ। ਸਮਾਨ ਲੈਣ ਗਈ ਸੀ ਕੋਈ? ਸਮਾਨ ਲੈਣ। ਉਹ ਲੜਕੇ ਕਿਉਂ ਪਕੜਾਇਆ ਉਹ? ਪਤਾ ਨਹੀਂ, ਵਹੀ ਤੋਂ ਨਹੀਂ ਸਮਝ ਰਹਾ ਕਿਉਂ ਖੜਾ। ਮੈਂ ਚਿਲਾਨੇ ਲੱਗੀ, ਮੰਮੀ ਮੰਮੀ, ਮੈਂ ਉੱਪਰ ਸੇ ਉਤਰੀ ਉਤਰੀ, ਮੈਂ ਤਾਂ ਲੈ ਲਿਆ। लड़का कहाँ के रहने वाला, पता कुछ? कभी देखा लड़का के यहाँ पे? कभी देखा उसको यहाँ पे कभी? इस मामले विच तां इलाका निवासियों की मुस्तैदी नाल वड्डी घटना होण तों टल गई, पर लगातार सूबे विच वापर रही अजिहियां घटनावां कारण प्रशासन लगातार सवालों के घेरे विच है। जलंधर तों परमजीत सिंह की खास रिपोर्ट।